ਅਸੀਂ ਕਹਿੰਦੇ ਹਾਂ ਕਿ ਡੀਹਾਈਡਰੇਸ਼ਨ ਹੁੰਦੀ ਆ, ਪਸੀਨਾ ਬਹੁਤ ਆਉਂਦਾ ਜੀ, ਮੁੜਕਾ ਆਉਂਦਾ ਆ, ਅਤੇ ਇਹਨਾਂ ਦਿਨਾਂ ਦੇ ਵਿੱਚ ਹਰ ਆਮ ਬੰਦੇ ਨੂੰ, ਆਮ ਵੀ ਅਤੇ ਖਾਸ ਵੀ, ਖਾਸ ਵੀ ਕਿਉਂਕਿ ਉਹੀ ਡਾਇਟ ਖਾਣਗੇ ਤਾਂ ਹੀ ਤੰਦਰੁਸਤ ਰਹਿਣਗੇ, ਪਰ ਆਮ ਬੰਦੇ ਦੀ ਪਹੁੰਚ ਵਾਲੀ ਕਿਹੜੀ ਡਾਇਟ ਹੈ ਜਿਹੜੀ ਤੁਸੀਂ ਸੁਜੈਸਟ ਕਰਦੇ ਹੋ ਜੀ? 2-3 ਲੀਟਰ ਦੇ ਵਿਚਕਾਰ ਪਾਣੀ ਆਪਾਂ ਨੂੰ ਰੱਖਣਾ ਚਾਹੀਦਾ। ਨਿੰਬੂ ਪਾਣੀ ਇੰਕਲੂਡ ਕਰ ਸਕਦੇ ਹਾਂ, ਜਲਜੀਰਾ ਇੰਕਲੂਡ ਕਰ ਸਕਦੇ ਹਾਂ, ਜਿਹੜੀਆਂ ਚੀਜ਼ਾਂ ਡਾਈਜੈਸਟ ਜਲਦੀ ਨਾ ਹੋਣ, ਜਿਹਨਾਂ ਦਾ ਡਾਈਜੈਸ਼ਨ ਸਲੋ, ਡਾਈਜੈਸ਼ਨ ਪ੍ਰੋਸੈਸ ਸਲੋ ਹੈ, ਉਹ ਚੀਜ਼ਾਂ ਸਾਰੀਆਂ ਅਵੋਇਡ ਕਰਨੀਆਂ, ਜਿਵੇਂ ਹਾਈ ਫੈਟ ਕੰਟੈਂਟ ਹੈ ਜਿਹਦੇ ਵਿੱਚ, ਹਾਈ ਪ੍ਰੋਟੀਨ ਕੰਟੈਂਟ ਹੈ ਜਿਹਦੇ ਵਿੱਚ, ਤਾਂ ਉਹ ਆਪਾਂ ਨੂੰ ਅਵੋਇਡ ਕਰਨਾ ਸਾਰਾ ਕੁਛ। ਪੁਰਾਣੇ ਜ਼ਮਾਨੇ ਦੇ ਵਿੱਚ ਕੀ ਹੁੰਦਾ ਸੀ, ਆਪਾਂ ਸੂਰਜ ਦੇ ਢਲਣ ਦੇ ਨਾਲ ਹੀ ਆਪਾਂ ਖਾਣਾ ਖਾ ਲੈਂਦੇ ਸੀ, ਸੇਮ ਲਾਈਕ ਦੈਟ ਹੁਣ ਵੀ ਉੱਦਾਂ ਹੀ ਕਰਨਾ ਹੈ ਆਪਾਂ। ਜਦੋਂ ਤੁਸੀਂ ਸਿਰਫ ਬੈਠੇ ਹੋਏ ਹੋ, ਬੈਠ ਕੇ ਸਿਰਫ ਸੋਚ ਵੀ ਰਹੇ ਹੋ ਨਾ, ਤਾਂ ਵੀ એનર્ਜੀ ਲੱਗ ਰਹੀ ਹੈ ਆਪਣੀ, ਹੈ ਨਾ, ਆਪਾਂ ਬੋਲ ਰਹੇ ਹਾਂ ਉਹਦੇ 'ਚ ਵੀ એનર્ਜੀ ਲੱਗ ਰਹੀ ਹੈ, ਆਪਾਂ ਨੂੰ ਹਰੇਕ ਫ੍ਰੀਕੁਐਂਟ ਮੀਲ ਤਾਂ ਚਾਹੀਦੇ ਹੀ ਚਾਹੀਦੇ ਨੇ। ਡਾਰਕ ਚੋਕਲੇਟ ਤੁਸੀਂ ਰੱਖ ਸਕਦੇ ਹੋ ਆਪਣੇ ਪਰਸ ਦੇ ਵਿੱਚ, ਕੈਰੀ ਬੈਗ ਦੇ ਵਿੱਚ, ਬਾਕੀ ਕੁਛ ਵੀ એનર્ਜੀ ਦੇ ਲਈ ਤੁਸੀਂ ਫਰੂਟ ਸੈਲਡ ਜਿਹੜਾ ਵੀ ਆਪਾਂ ਨੂੰ ਅਵੇਲੇਬਲ ਆ, ਛੋਟੀ ਛੋਟੀ ਜਿਹੜੀ ਕੰਜ਼ਿਊਮ ਕਰਨ ਵਾਲੀ ਚੀਜ਼ਾਂ ਨੇ ਆਪਾਂ ਕੰਜ਼ਿਊਮ ਕਰ ਸਕਦੇ ਹਾਂ। ਪ੍ਰੋਗਰਾਮ ਟੇਕ ਕੇਅਰ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਅਸੀਂ ਬਹੁਤ ਹੀ ਅਹਿਮ ਮੁੱਦੇ ਉੱਤੇ ਗੱਲ ਕਰਨ ਜਾ ਰਹੇ ਹਾਂ, ਯਾਨੀ ਕਿ ਤੁਹਾਡੀ ਖੁਰਾਕ ਦੇ ਉੱਤੇ। ਖੁਰਾਕ ਹਰ ਵਾਰ ਹੁੰਦੀ ਹੈ ਗੱਲ ਕਿ ਜੀ ਦੇਸੀ ਖੁਰਾਕ ਖਾਓ, ਇੰਡੀਅਨ ਖੁਰਾਕ ਖਾਓ, ਘਰ ਦੀ ਬਣਾਈਆਂ ਹੋਈਆਂ ਚੀਜ਼ਾਂ ਖਾਓ, ਪਰ ਇੱਕ ਚਲਨ ਚੱਲਿਆ ਹੈ ਡਾਈਟੀਸ਼ੀਅਨਸ ਦਾ, ਜਿਹੜੇ ਕਿ ਬਾਲੀਵੁੱਡ ਦੇ, ਹਾਲੀਵੁੱਡ ਦੇ ਐਕਟਰ ਹੋ ਗਏ, ਜਾਂ ਸਾਡੇ ਸੈਲੀਬ੍ਰਿਟੀਜ਼ ਹੋ ਗਏ, ਕੋਈ ਸਾਡੇ ਗਾਇਕ ਵੀਰ ਹੋ ਗਏ, ਸਾਡੀਆਂ ਭੈਣਾਂ ਜਿਹੜੀਆਂ ਇਸ ਪ੍ਰੋਫੈਸ਼ਨ ਦੇ ਵਿੱਚ ਆ ਜਾਂਦੀਆਂ ਨੇ, ਕਿ ਉਹਨਾਂ ਨੂੰ ਲੁੱਕਸ ਵਾਈਜ਼ ਡਾਇਟ ਦੇ ਹਿਸਾਬ ਨਾਲ ਉਹਨਾਂ ਨੂੰ ਚੱਲਣਾ ਪੈਂਦਾ ਆ, ਕਿ ਜੇ ਇੱਦਾਂ ਦੀ ਡਾਇਟ ਖਾਓਗੇ ਭਾਈ ਤਾਂ ਇੱਦਾਂ ਦੀਆਂ ਲੁੱਕਸ ਚਾਹੀਦੀਆਂ ਨੇ, ਜੇ ਕੋਈ ਮੂਵੀ ਬਣਦੀ ਹੈ ਤਾਂ ਹਰੇਕ ਐਕਟਰ ਨੂੰ ਇੱਕ ਡਾਇਟ ਪਲਾਨ ਮਿਲਦਾ ਆ, ਕਿ ਇਸ ਦੇ ਵਿੱਚ ਤੂੰ ਭਲਵਾਨਾਂ ਵਾਲੀ ਲੁੱਕ ਦੇਣੀ ਆ ਤਾਂ ਤੈਨੂੰ ਇੱਦਾਂ ਦੀ ਡਾਇਟ ਚਾਹੀਦੀ ਆ, ਜੇ ਤੂੰ ਇਹ ਆਹ ਮੂਵੀ ਦੇ ਵਿੱਚ ਕੋਈ ਐਵੇਂ ਜਿਹਨੂੰ ਕਹਿੰਦੇ ਆ ਕਿ ਸਰੀਰਕ ਤੌਰ 'ਤੇ ਮਰੀਅਲ ਜਿਹਾ ਦੱਸਣਾ ਆ, ਤਾਂ ਇੱਦਾਂ ਦੀ ਡਾਇਟ ਤੈਨੂੰ ਚਾਹੀਦੀ ਹੈ। ਉਹਦੇ ਲਈ ਇੱਕ ਚਲਨ ਹੈ ਜੀ ਡਾਈਟੀਸ਼ੀਅਨਸ ਦਾ। ਡਾਈਟੀਸ਼ੀਅਨ ਸਾਧਨਾ ਜੀ ਸਾਡੇ ਨਾਲ ਅੱਜ ਇਸ ਐਪੀਸੋਡ ਦੇ ਵਿੱਚ ਜੁੜੇ ਹੋਏ ਨੇ, ਉਹਨਾਂ ਦੇ ਕਲਾਇੰਟਸ ਨੇ ਉਹ ਆਸਟ੍ਰੇਲੀਆ, ਨਿਊਜ਼ੀਲੈਂਡ ਵਾਲੇ ਪਾਸੇ ਬਹੁਤ ਜ਼ਿਆਦਾ ਨੇ, ਕੈਨੇਡਾ, ਅਮੈਰੀਕਾ, UK, ਅਤੇ ਉਹ ਇੰਡੀਆ ਦੇ ਵਿੱਚ ਬੈਠ ਕੇ ਵੈਬੀਨਾਰਸ ਦੇ ਰਾਹੀਂ, ਜਾਂ ਅਸੀਂ ਕਹਿ ਸਕਦੇ ਹਾਂ ਵੀਡੀਓ ਕਾਲਿੰਗਸ ਦੇ ਰਾਹੀਂ ਲੋਕਾਂ ਨਾਲ ਸਲਾਹ ਮਸ਼ਵਰਾ ਕਰਕੇ ਉਹਨਾਂ ਨੂੰ ਡਾਇਟ ਪਲਾਨਸ ਦਿੰਦੇ ਨੇ, ਅਤੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਸਾਡੇ ਦਰਸ਼ਕਾਂ ਲਈ ਵੀ ਕੋਈ ਇੱਦਾਂ ਦਾ ਪਲਾਨ ਦੱਸੋ ਜੀ ਜਿਹੜਾ ਹਰ ਘਰ ਦੇ ਵਿੱਚ ਉੱਦਾਂ ਦੀ ਡਾਇਟ ਅਵੇਲੇਬਲ ਹੋ ਸਕੇ, ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਬਹੁਤਾ ਬਾਹਰ ਦਾ ਅਸੀਂ ਨਹੀਂ ਖਾਣਾ ਚਾਹੁੰਦੇ, ਜਾਂ ਜਿਹੜੀਆਂ ਚੀਜ਼ਾਂ ਅਸੀਂ ਘਰ ਬਣਾਉਣੀਆਂ ਚਾਹੀਏ ਉਹ ਬਣਾ ਸਕੀਏ। ਅਤੇ ਉਹਨਾਂ ਨੇ ਸਾਡੀ ਰਿਕੁਐਸਟ ਨੂੰ ਪ੍ਰਵਾਨ ਕੀਤਾ ਹੈ, ਅਤੇ ਅੱਜ ਸਟੂਡੀਓ ਦੇ ਵਿੱਚ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਾਧਨਾ ਜੀ, ਸਵਾਗਤ ਹੈ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਸਰ, ਮੈਂ ਸਾਰੇ ਡੀ5 ਚੈਨਲ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ। ਸਾਧਨਾ ਜੀ, ਸਾਡਾ ਪ੍ਰੋਗਰਾਮ ਹੈਗਾ ਆਮ ਲੋਕਾਂ ਦੇ ਲਈ, ਆਮ ਬੰਦਾ ਜਿਹੜਾ ਇੱਕ ਮਿਡਲ ਕਲਾਸ ਫੈਮਿਲੀ ਹੈ, ਅਪਰ ਮਿਡਲ ਕਲਾਸ ਫੈਮਿਲੀ ਹੈ, ਜਾਂ ਅਸੀਂ ਕਹਿ ਸਕਦੇ ਹਾਂ ਕਿ ਮਿਡਲ ਕਲਾਸ ਤੋਂ ਨੀਚੇ ਵਾਲਾ ਲੈਵਲ, ਜਿਹੜਾ ਇਕਨੋਮਿਕ ਲੈਵਲ 'ਤੇ ਅਸੀਂ ਕਹਿੰਦੇ ਹਾਂ, ਉੱਦਾਂ ਤਾਂ ਹਰ ਕੋਈ ਬੰਦਾ ਖੈਰ ਅਮੀਰ ਹੁੰਦਾ ਆ, ਦਿਲ ਤੋਂ ਅਮੀਰ ਹੋਣਾ ਚਾਹੀਦਾ ਬੰਦਾ, ਪਰ ਇਕਨੋਮਿਕਲੀ ਜੇ ਅਸੀਂ ਸੋਚਦੇ ਹਾਂ ਤਾਂ ਗਰਮੀਆਂ ਦੇ ਵਿੱਚ ਜਦੋਂ ਅਸੀਂ ਕਹਿੰਦੇ ਹਾਂ ਕਿ ਡੀਹਾਈਡਰੇਸ਼ਨ ਹੁੰਦੀ ਆ, ਪਸੀਨਾ ਬਹੁਤ ਆਉਂਦਾ ਜੀ, ਮੁੜਕਾ ਆਉਂਦਾ ਆ, ਅਤੇ ਇਹਨਾਂ ਦਿਨਾਂ ਦੇ ਵਿੱਚ ਹਰ ਆਮ ਬੰਦੇ ਨੂੰ, ਆਮ ਵੀ ਅਤੇ ਖਾਸ ਵੀ, ਖਾਸ ਵੀ ਕਿਉਂਕਿ ਉਹੀ ਡਾਇਟ ਖਾਣਗੇ ਤਾਂ ਹੀ ਤੰਦਰੁਸਤ ਰਹਿਣਗੇ, ਪਰ ਆਮ ਬੰਦੇ ਦੀ ਪਹੁੰਚ ਵਾਲੀ ਕਿਹੜੀ ਡਾਇਟ ਹੈ ਜਿਹੜੀ ਤੁਸੀਂ ਸੁਜੈਸਟ ਕਰਦੇ ਹੋ ਜੀ? ਜੀ ਸਰ ਬਿਲਕੁਲ, ਜਿਵੇਂ ਕਿ ਤੁਸੀਂ ਦੱਸਿਆ ਕਿ ਗਰਮੀਆਂ ਦਾ ਮੌਸਮ ਚੱਲ ਰਿਹਾ, ਬਹੁਤ ਜ਼ਿਆਦਾ ਗਰਮੀ ਇਸ ਟਾਈਮ, ਟੈਂਪਰੇਚਰ ਬਹੁਤ ਹਾਈ ਹੈ ਨਾ, ਆਪਣੇ ਨੌਰਥ ਜ਼ੋਨ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੈ ਇਸ ਟਾਈਮ, ਤਾਂ ਆਪਾਂ ਇਸ ਟਾਈਮ ਆਪਣੇ ਡਾਇਟ ਦੇ ਵਿੱਚ ਪਾਣੀ ਲੈ ਸਕਦੇ ਹਾਂ, ਪਾਣੀ ਦੀ ਮਾਤਰਾ ਪੂਰੀ ਰੱਖ ਸਕਦੇ ਹਾਂ, ਜਿਵੇਂ 2-3 ਲੀਟਰ ਦੇ ਵਿਚਕਾਰ ਪਾਣੀ ਆਪਾਂ ਨੂੰ ਰੱਖਣਾ ਚਾਹੀਦਾ। ਨਿੰਬੂ ਪਾਣੀ ਇੰਕਲੂਡ ਕਰ ਸਕਦੇ ਹਾਂ, ਜਲਜੀਰਾ ਇੰਕਲੂਡ ਕਰ ਸਕਦੇ ਹਾਂ, ਜੌਂ ਸੱਤੂ ਕਰ ਸਕਦੇ ਹਾਂ, ਨਾਰੀਅਲ ਪਾਣੀ ਕਰ ਸਕਦੇ ਹਾਂ, ਅਤੇ ਜੌਂ ਸੱਤੂ, ਚਨਾ ਸੱਤੂ, ਇਹ ਕਾਫ਼ੀ ਅੱਛੇ ਨੇ, ਨਿਊਟ੍ਰੀਸ਼ਨ ਵੈਲਿਊਜ਼ ਵੀ ਦਿੰਦੇ ਨੇ ਆਪਾਂ ਨੂੰ, ਅਤੇ ਆਪਾਂ ਨੂੰ ਡੀਹਾਈਡਰੇਸ਼ਨ ਤੋਂ ਵੀ ਬਚਾਉਂਦੇ ਨੇ, ਆਪਣੇ ਜਿਹੜੇ ਇਲੈਕਟ੍ਰੋਲਾਈਟ ਲੋਸ ਆ ਉਹਦੇ ਤੋਂ ਵੀ ਬਚਾਉਂਦੇ ਨੇ। ਪੁਦੀਨੇ ਦਾ ਪਾਣੀ ਹੈ ਜਿਵੇਂ ਆਪਾਂ ਲੈ ਸਕਦੇ ਹਾਂ, ਜਲਜੀਰਾ ਲੈ ਸਕਦੇ ਹਾਂ, ਆਮ ਪੰਨਾ ਬਣਾ ਸਕਦੇ ਹਾਂ ਘਰ ਦੇ ਵਿੱਚ, ਰੂਟੀਨ ਦੀਆਂ ਚੀਜ਼ਾਂ ਨੇ, ਮਤਲਬ ਆਪਾਂ ਕੋਕ ਵਗੈਰਾ ਜੋ ਚੀਜ਼ਾਂ ਨੇ ਉਹਨਾਂ ਨੂੰ ਅਵੋਇਡ ਕਰਕੇ ਆਪਾਂ ਨੋਰਮਲ ਚੀਜ਼ਾਂ ਕਰ ਸਕਦੇ ਹਾਂ ਘਰ ਦੇ ਵਿੱਚ। ਤੇ ਸਾਨੂੰ ਅਵੋਇਡ ਕੀ ਕੁਛ ਕਰਨਾ ਚਾਹੀਦਾ ਜੀ? ਅਵੋਇਡ ਸਰ, ਜਿਵੇਂ ਆਪਾਂ ਨੂੰ ਤਲੀਆਂ ਚੀਜ਼ਾਂ ਜ਼ਿਆਦਾ, ਜਿਹੜੀਆਂ ਚੀਜ਼ਾਂ ਡਾਈਜੈਸਟ ਜਲਦੀ ਨਾ ਹੋਣ, ਜਿਹਨਾਂ ਦਾ ਡਾਈਜੈਸ਼ਨ ਸਲੋ, ਡਾਈਜੈਸ਼ਨ ਪ੍ਰੋਸੈਸ ਸਲੋ ਹੈ, ਉਹ ਚੀਜ਼ਾਂ ਸਾਰੀਆਂ ਅਵੋਇਡ ਕਰਨੀਆਂ, ਜਿਵੇਂ ਹਾਈ ਫੈਟ ਕੰਟੈਂਟ ਹੈ ਜਿਹਦੇ ਵਿੱਚ, ਹਾਈ ਪ੍ਰੋਟੀਨ ਕੰਟੈਂਟ ਹੈ ਜਿਹਦੇ ਵਿੱਚ, ਤਾਂ ਉਹ ਆਪਾਂ ਨੂੰ ਅਵੋਇਡ ਕਰਨਾ ਸਾਰਾ ਕੁਛ। ਜਦੋਂ ਗੱਲ ਕਰਦੇ ਹਾਂ ਕਿ ਅਸੀਂ ਤਲੀਆਂ ਚੀਜ਼ਾਂ ਖਾਣੀਆਂ ਨਹੀਂ ਹੈਗੀਆਂ,
ਅਤੇ ਦੂਜੇ ਪਾਸੇ ਗੱਲ ਆ ਜਾਂਦੀ ਹੈ ਕਿ ਜੀ ਕਣਕ ਦੀ ਰੋਟੀ ਵੀ ਰਾਤ ਨੂੰ ਘੱਟ ਖਾਓ, ਦੁੱਧ ਸਾਨੂੰ ਕਿੱਦਾਂ ਪੀਣਾ ਚਾਹੀਦਾ, ਡਰਾਈ ਫਰੂਟ ਅਸੀਂ ਖਾ ਨਹੀਂ ਸਕਦੇ, ਜੇ ਡਰਾਈ ਫਰੂਟ ਅਸੀਂ ਖਾਣੇ ਆ ਤਾਂ ਉਹ ਕਿਸ ਤਰੀਕੇ ਨਾਲ ਖਾਈਏ? ਜੀ ਸਰ ਕਣਕ ਦੀ ਰੋਟੀ ਖਾ ਸਕਦੇ ਹੋ, ਬਿਲਕੁਲ ਖਾ ਸਕਦੇ ਹੋ, ਬਟ ਉਹਦਾ ਇੱਕ ਟਾਈਮ ਹੈ, ਕਿਉਂਕਿ ਮੈਟਾਬੋਲਿਜ਼ਮ ਆਪਣਾ ਜਿਹੜਾ ਕਿ ਵਿਦ ਸਨਸੈਟ ਸਲੋ ਹੋ ਜਾਂਦਾ ਹੈ ਨਾ, ਜਿਵੇਂ ਆਪਾਂ ਵੈਸੇ ਵੀ ਸੁਣਦੇ ਹਾਂ, ਤਾਂ ਆਪਾਂ ਨੂੰ ਸਨਸੈਟ ਨੂੰ ਮਤਲਬ ਸਨਸੈਟ ਤੋਂ ਪਹਿਲਾਂ ਜਿਵੇਂ ਆਪਾਂ ਪਹਿਲਾਂ ਪੁਰਾਣੇ ਜ਼ਮਾਨੇ ਦੇ ਵਿੱਚ ਕੀ ਹੁੰਦਾ ਸੀ, ਆਪਾਂ ਸੂਰਜ ਦੇ ਢਲਣ ਦੇ ਨਾਲ ਹੀ ਆਪਾਂ ਖਾਣਾ ਖਾ ਲੈਂਦੇ ਸੀ, ਸੇਮ ਲਾਈਕ ਦੈਟ ਹੁਣ ਵੀ ਉੱਦਾਂ ਹੀ ਕਰਨਾ ਆਪਾਂ ਕਿ ਜਦੋਂ ਸੂਰਜ ਦੇ ਢਲਣ ਤੋਂ ਪਹਿਲਾਂ ਜਿਵੇਂ 6-7 ਵਜੇ ਆਪਾਂ ਆਪਣਾ ਲਾਸਟ ਮੀਲ ਕਰ ਲਈਏ, ਜ਼ਿਆਦਾ ਦਿਨ ਛਿਪਣ ਤੋਂ ਬਾਅਦ ਖਾਣਾ ਨਾ ਖਾਈਏ, ਕਣਕ ਦੀ ਰੋਟੀ ਦੁੱਧ ਦਾ ਪ੍ਰਯੋਗ ਨਾ ਕਰੀਏ, ਹਾਈ ਫਾਈਬਰ ਹਾਈ ਫੈਟ ਕੰਟੈਂਟ ਵਾਲੀਆਂ ਚੀਜ਼ਾਂ, ਹਾਈ ਪ੍ਰੋਟੀਨ ਚੀਜ਼ਾਂ ਰਾਤ ਨੂੰ ਸੂਰਜ ਛਿਪਣ ਤੋਂ ਬਾਅਦ ਨਾ ਖਾਈਏ। ਤੁਸੀਂ ਪੁੱਛਿਆ ਡਰਾਈ ਫਰੂਟ ਦਾ, ਤੇ ਡਰਾਈ ਫਰੂਟਸ ਨੂੰ ਆਪਾਂ ਸੋਕ ਕਰਕੇ ਖਾ ਸਕਦੇ ਹਾਂ, ਜੇ ਮਿੱਟੀ ਦਾ ਬਰਤਨ ਹੈ ਆਪਣੇ ਕੋਲੇ ਤਾਂ ਮਿੱਟੀ ਦੇ ਬਰਤਨ 'ਚ ਵੀ ਸੋਕ ਕਰ ਸਕਦੇ ਹਾਂ। ਸਾਧਨਾ ਜੀ, ਇੱਕ ਚੀਜ਼ ਬੜੀ ਪੰਜਾਬੀਆਂ ਦੀ ਮਸ਼ਹੂਰ ਹੈ, ਕਹਿੰਦੇ ਵੀ ਜੇ ਖਾਈਏ ਪੀਏ ਨਾ ਤਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਜੀ। ਜੇ ਹੁਣ ਜਿਹੜੇ ਸਾਡੇ ਵਾਲੇ ਬੰਦੇ 6-7 ਵਜੇ ਖਾਣ ਲੱਗ ਜਾਣ, ਉਹਨਾਂ ਨੂੰ ਤਾਂ ਅੱਧੀ ਰਾਤ ਨੂੰ ਭੁੱਖ ਲੱਗਣ ਲੱਗ ਜੂਗੀ ਜੀ, ਉਹਦਾ ਕੀ ਇਲਾਜ ਹੈ? ਸਰ, ਬੀਇੰਗ ਅ ਡਾਈਟੀਸ਼ੀਅਨ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ, ਲਾਈਫਸਟਾਈਲ ਮੈਨੇਜਮੈਂਟ ਬੇਸਿਕਲੀ ਕਰਨ ਦੀ ਜ਼ਰੂਰਤ ਹੈ। ਆਪਾਂ ਇਹਦਾ ਕੰਮ ਮਤਲਬ ਰਾਤ ਨੂੰ ਕਿਉਂ ਜਾਗ ਰਹੇ ਹਾਂ ਜ਼ਿਆਦਾ ਦੇਰ ਤੱਕ, ਜਿਹੜਾ ਆਪਾਂ ਨੂੰ ਭੁੱਖ ਲੱਗੇ, ਆਪਾਂ ਜ਼ਿਆਦਾ ਭੁੱਖ ਉਦੋਂ ਹੀ ਲੱਗੇਗੀ ਜਦੋਂ ਆਪਾਂ ਜ਼ਿਆਦਾ ਦੇਰ ਤੱਕ ਜਾਗਾਂਗੇ, ਇਸ ਲਈ ਆਪਾਂ ਜ਼ਿਆਦਾ ਦੇਰ ਤੱਕ ਜਾਗੀ ਨਾ ਤਾਂ ਕਿ ਆਪਾਂ ਨੂੰ ਭੁੱਖ ਨਾ ਲੱਗੇ ਜੀ। ਅਤੇ ਸਾਧਨਾ ਜੀ, ਜਿਹੜੇ ਬੰਦੇ ਹਾਰਡ ਵਰਕਰ ਨੇ, ਜਿਹੜੇ ਸਾਰਾ ਦਿਨ ਬਹੁਤ ਮਿਹਨਤ ਕਰਦੇ ਨੇ ਫਿਜ਼ੀਕਲੀ, ਉਹਨਾਂ ਨੂੰ ਮੁੜਕਾ ਵੀ ਆਉਣਾ, ਜਿਹਦਾ ਆਪਾਂ ਕਹਿੰਦੇ ਹਾਂ ਜੀ ਸਾਡੇ ਵਰਗਿਆਂ ਨੂੰ ਤਾਂ ਜਿੰਮ ਵੀ ਜਾਣਾ ਪੈਂਦਾ ਐਕਸਰਸਾਈਜ਼ ਕਰਨ ਲਈ, ਪਰ ਉਹ ਬੰਦੇ ਜਿਨ੍ਹਾਂ ਨੂੰ ਜਿੰਮ ਜਾਣ ਦੀ ਜ਼ਰੂਰਤ ਨਹੀਂ, ਉਹ ਇੰਨੇ ਕੁ ਥੱਕੇ ਹਾਰੇ ਆਉਂਦੇ ਆ ਮਜ਼ਦੂਰੀ ਕਰਕੇ, ਦਿਹਾੜੀਆਂ ਕਰਕੇ, ਅਤੇ ਉਹਨਾਂ ਦੀ ਡਾਇਟ ਵੀ ਇਹੀ ਹੋਣੀ ਚਾਹੀਦੀ ਹੈ ਕਿ ਉਹ 6-7 ਵਜੇ ਖਾ ਲੈਣ? ਹਾਂ ਸਰ, ਇਹ ਤੁਹਾਡਾ ਕੁਐਸਚਨ ਬਿਲਕੁਲ ਠੀਕ ਹੈ, ਪੁੱਛ ਰਹੇ ਹੋ ਤੁਸੀਂ, ਕਿਉਂਕਿ ਬੇਸਿਕਲੀ ਮੇਰੇ ਨਾਲ ਵੀ ਕਲਾਇੰਟ ਕਾਫੀ ਜੁੜਦੇ ਨੇ ਜਿਹੜੇ ਕਾਫੀ ਦੇਰ ਤੱਕ ਕੰਮ ਕਰਦੇ ਨੇ, ਲੌਂਗ ਡਿਊਰੇਸ਼ਨ ਜਿਨ੍ਹਾਂ ਦਾ ਹਾਈ ਵਰਕ ਰੂਟੀਨ ਹੁੰਦਾ ਹੈ ਨਾ, ਤੇ ਜੇ ਉਹ ਰਾਤ ਨੂੰ 6-7 ਵਜੇ ਨਹੀਂ ਖਾ ਸਕਦੇ ਤਾਂ ਉਹ ਉਸ ਟਾਈਮ ਖਾਣ ਕਿ ਉਹਦੇ ਸੌਣ ਤੋਂ 2 ਘੰਟੇ ਦਾ ਗੈਪ ਹੋਵੇ, ਜਦੋਂ ਵੀ ਉਹਨਾਂ ਨੇ ਸੌਣਾ 2 ਘੰਟੇ ਦਾ ਗੈਪ ਲੈ ਲੈਣ ਉਹ ਖਾਣੇ ਤੋਂ ਬਾਅਦ, ਉਸ ਤੋਂ ਬਾਅਦ ਉਹ ਸੌਣ, ਮਤਲਬ ਬੈੱਡ ਤੇ ਜਾਣ ਤੋਂ ਪਹਿਲਾਂ 2 ਘੰਟੇ ਦਾ ਗੈਪ ਰੱਖਣ ਮੀਲ ਤੇ ਬੈੱਡ ਤੇ ਸੌਣ ਤੋਂ ਪਹਿਲਾਂ ਜੀ। ਤੇ ਸਾਧਨਾ ਜੀ, ਬ੍ਰੇਕਫਾਸਟ ਦੇ ਵਿੱਚ ਤੁਸੀਂ ਕੀ ਸੁਜੈਸਟ ਕਰਦੇ ਹੋ ਜੀ? ਬ੍ਰੇਕਫਾਸਟ ਜਿਵੇਂ ਸਰ ਗਰਮੀਆਂ ਦਾ ਟਾਈਮ ਚੱਲ ਰਿਹਾ, ਆਪਾਂ ਨੂੰ ਬ੍ਰੇਕਫਾਸਟ ਹੈਵੀ ਹੀ ਕਰਨਾ ਚਾਹੀਦਾ, ਲਾਈਟ ਬ੍ਰੇਕਫਾਸਟ ਨਹੀਂ ਲੈਣਾ ਚਾਹੀਦਾ, ਜਿਵੇਂ ਕਈ ਕਰਦੇ ਨੇ ਕਿ ਮਿਲਕ ਪੀ ਕੇ ਚਲੇ ਗਏ ਜਾਂ ਫਿਰ ਆਪਾਂ ਫਰੂਟਸ ਖਾ ਕੇ ਚਲੇ ਗਏ, ਹੈ ਨਾ, ਜਿਵੇਂ ਬਾਹਰ ਤੁਸੀਂ ਬਾਹਰ ਜਾ ਰਹੇ ਹੋ ਕਿਤੇ ਵੀ ਤਾਂ ਤੁਸੀਂ ਹਾਈ ਬ੍ਰੇਕਫਾਸਟ ਮਤਲਬ ਹਾਈ ਜਿਹੜਾ ਆਪਣਾ ਪੋਰਸ਼ਨ ਹੈ, ਹਾਈ ਪੋਰਸ਼ਨ ਲਓ, ਮਤਲਬ ਘੱਟ ਪੋਰਸ਼ਨ, ਲੋ ਪੋਰਸ਼ਨ ਨਹੀਂ, ਪੋਰਸ਼ਨ ਕੰਟਰੋਲ ਨਾ ਕਰੋ ਡਾਇਟ ਦੇ ਵਿੱਚ, ਬ੍ਰੇਕਫਾਸਟ ਖਾਸ ਕਰਕੇ ਬ੍ਰੇਕਫਾਸਟ ਹੈਵੀ ਲਓ, ਨਹੀਂ ਤਾਂ ਤੁਹਾਨੂੰ ਗਰਮੀ ਲੱਗ ਸਕਦੀ ਹੈ, ਡੀਹਾਈਡਰੇਸ਼ਨ ਹੋ ਸਕਦੀ ਹੈ, ਇਲੈਕਟ੍ਰੋਲਾਈਟ ਲੋਸ ਹੋ ਸਕਦਾ ਜੇ ਤੁਸੀਂ ਖਾਲੀ ਪੇਟ ਚਲੇ ਜਾਂਦੇ ਹੋ ਜਾਂ ਥੋੜਾ ਘੱਟ ਖਾ ਕੇ ਜਾਂਦੇ ਹੋ, ਕਿਉਂਕਿ ਪੂਰਾ ਦਿਨ ਦੀ એનર્ਜੀ ਥੋੜਾ ਪੂਰੇ ਦਿਨ ਦਾ ਫਿਊਲ ਹੈ ਉਹ ਜੋ ਬ੍ਰੇਕਫਾਸਟ ਤੁਸੀਂ ਲੈ ਰਹੇ ਹੋ, ਔਰ ਕਾਫੀ ਲੰਬਾ ਡਿਊਰੇਸ਼ਨ ਆਪਣਾ ਗੈਪ ਹੋ ਜਾਂਦਾ ਜਦੋਂ ਆਪਾਂ ਰਾਤ ਨੂੰ 7 ਵਜੇ ਮੈਂ ਦੱਸ ਰਹੀ ਤੁਹਾਨੂੰ 7 ਵਜੇ ਆਪਾਂ ਨੂੰ ਖਾ ਲੈਣਾ ਚਾਹੀਦਾ, ਤਾਂ ਵੈਸੇ ਡਿਊਰੇਸ਼ਨ ਬਹੁਤ ਲੰਬਾ ਹੋ ਜਾਂਦਾ ਹੈ, ਕਿਉਂਕਿ ਆਪਾਂ ਨੋਰਮਲੀ 8-9 ਵਜੇ ਹੀ ਬ੍ਰੇਕਫਾਸਟ ਕਰਦੇ ਹਾਂ, ਤਾਂ ਆਪਾਂ ਨੂੰ ਬ੍ਰੇਕਫਾਸਟ ਜਿਹੜਾ ਉਹ ਕਾਫੀ ਮਤਲਬ ਕੁਆਂਟਿਟੀ ਦੇ ਵਿੱਚ ਕਰਨਾ ਚਾਹੀਦਾ ਅਤੇ ਅੱਛਾ ਕਰਨਾ ਚਾਹੀਦਾ ਜੀ। ਬ੍ਰੇਕਫਾਸਟ ਹੋ ਗਿਆ, ਅਤੇ ਉਸ ਤੋਂ ਬਾਅਦ ਲੰਚ ਹੋਣਾ ਚਾਹੀਦਾ ਜਾਂ ਵਿੱਚ ਵਿਚਾਲੇ ਵੀ ਸਾਨੂੰ ਕੁਛ ਖਾਣਾ ਚਾਹੀਦਾ ਜੀ? ਜਿੱਦਾਂ ਕਈ ਜਣੇ ਬਹੁਤ ਮਿਹਨਤ ਵੀ ਕਰਦੇ ਆ, ਜਿੱਦਾਂ ਟੀ ਟਾਈਮ ਹੁੰਦਾ ਆ ਜੀ ਅਸੀਂ ਦੇਖਿਆ ਆ, ਉੱਦਾਂ ਹੀ ਆਫਿਸ ਦੇ ਵਿੱਚ ਵੀ ਬੰਦੇ ਨੇ ਜਿਹਨੇ ਸਵੇਰੇ 9 ਵਜੇ ਜਾ ਕੇ ਬਹਿ ਜਾਣਾ, ਉਹਨੂੰ 11-12 ਵਜੇ ਜਦੋਂ ਆਪਣਾ ਦਿਮਾਗ ਯੂਜ਼ ਕਰਦਾ ਆ ਤਾਂ ਉਹਨੂੰ ਵੀ ਥਕਾਵਟ ਹੁੰਦੀ ਆ ਜੀ। ਕਿਸੇ ਨੂੰ ਸਰੀਰਕ ਹੈ ਅਤੇ ਕਿਸੇ ਨੂੰ ਮੈਂਟਲ ਥਕਾਵਟ ਹੈ, ਦੋਹਾਂ ਲਈ ਡਾਇਟ ਡਿਫਰੈਂਟ ਹੁੰਦੀ ਹੈ, ਜਾਂ ਉਹਨਾਂ ਨੂੰ ਇੱਦਾਂ ਹੀ ਫ੍ਰੀਕੁਐਂਟ ਮੀਲਸ ਚਾਹੀਦੀਆਂ ਨੇ ਜੀ ਛੋਟੀਆਂ ਛੋਟੀਆਂ? ਸਰ, ਫ੍ਰੀਕੁਐਂਟ ਮੀਲ ਸਾਰਿਆਂ ਨੂੰ ਹੀ ਚਾਹੀਦੀਆਂ ਨੇ, ਕਿਉਂਕਿ ਦੇਖੋ ਆਪਾਂ ਜਦੋਂ ਵੀ ਕੰਮ ਕਰਦੇ ਹਾਂ ਆਪਣੇ એનર્ਜੀ ਲੈਵਲ ਦਾ ਆਪਣਾ ਯੂਜ਼ ਹੁੰਦੀਆਂ ਨੇ, ਜਦੋਂ ਤੁਸੀਂ ਸਿਰਫ ਬੈਠੇ ਹੋਏ ਹੋ, ਬੈਠ ਕੇ ਸਿਰਫ ਸੋਚ ਵੀ ਰਹੇ ਹੋ ਨਾ ਤਾਂ ਵੀ એનર્ਜੀ ਲੱਗ ਰਹੀ ਹੈ ਆਪਣੀ, ਹੈ ਨਾ, ਆਪਾਂ ਬੋਲ ਰਹੇ ਹਾਂ ਉਹਦੇ 'ਚ ਵੀ એનર્ਜੀ ਲੱਗ ਰਹੀ ਹੈ, ਤਾਂ ਆਪਾਂ ਨੂੰ ਹਰੇਕ ਫ੍ਰੀਕੁਐਂਟ ਮੀਲ ਤਾਂ ਚਾਹੀਦੇ ਹੀ ਚਾਹੀਦੇ ਨੇ। ਬਾਕੀ ਜੇ ਫ੍ਰੀਕੁਐਂਟ ਮੀਲ ਨਹੀਂ ਲੈ ਸਕਦੇ ਤਾਂ ਆਪਾਂ ਨਿੰਬੂ ਪਾਣੀ ਵਿੱਚ ਡਿਊਰੇਸ਼ਨ ਦੇ ਵਿੱਚ ਲੈ ਸਕਦੇ ਨੇ, ਤੁਸੀਂ ਪੁੱਛਿਆ ਮਿਡ ਮਾਰਨਿੰਗ ਦੇ ਵਿੱਚ ਕੀ ਲੈਣਾ, ਤਾਂ ਆਪਾਂ ਜਲਜੀਰਾ, ਜਿਵੇਂ ਜਲਜੀਰਾ ਮੈਂ ਦੱਸਿਆ ਤੁਹਾਨੂੰ, ਸੱਤੂ ਦੱਸਿਆ, ਨਿੰਬੂ ਪਾਣੀ ਦੱਸਿਆ, ਆਮ ਪੰਨਾ ਦੱਸਿਆ, ਤਾਂ ਉਸ ਡਿਊਰੇਸ਼ਨ ਦੇ ਵਿੱਚ ਆਪਾਂ ਉਹ ਵੀ ਲੈ ਸਕਦੇ ਹਾਂ ਜੇ ਤੁਸੀਂ ਖਾਣੇ ਦੀ ਪ੍ਰੋਵੀਜ਼ਨ ਨਹੀਂ ਹੈਗੀ, ਜੇ ਮਤਲਬ ਮਿਡ ਮੀਲ ਤੁਹਾਡੇ ਕੋਲ ਖਾਣਾ ਨਹੀਂ ਖਾ ਸਕਦੇ, ਕੁਛ ਫਰੂਟਸ ਨਹੀਂ ਖਾ ਸਕਦੇ, ਸੈਲਡ ਨਹੀਂ ਖਾ ਸਕਦੇ, ਤਾਂ ਆਪਾਂ ਉਹ ਚੀਜ਼ਾਂ ਵੀ ਉੱਥੇ ਇੰਕਲੂਡ ਕਰ ਸਕਦੇ ਹਾਂ ਜੋ ਆਪਾਂ ਬੋਟਲ ਦੇ ਵਿੱਚ ਕੈਰੀ ਕਰਕੇ ਲੈ ਕੇ ਜਾ ਰਹੇ ਹਾਂ ਅਤੇ ਉਹਨਾਂ ਨੂੰ ਕੰਜ਼ਿਊਮ ਕਰ ਰਹੇ ਹਾਂ ਉੱਥੇ ਜਾ ਕੇ ਜੀ। ਅਤੇ ਜਿਹੜੇ ਇਹ ਫ੍ਰੀਕੁਐਂਟ ਮੀਲਸ ਦੇ ਵਿੱਚ ਸਾਨੂੰ ਚਾਹੀਦਾ, ਜਿੱਦਾਂ ਨਿੰਬੂ ਪਾਣੀ ਹੋ ਗਿਆ ਜੀ, ਸਰਦੀਆਂ 'ਚ ਤਾਂ ਆਮ ਕਰਕੇ ਅਸੀਂ ਡਰਾਈ ਫਰੂਟ ਜਾਂ ਮੂੰਗਫਲੀਆਂ ਉਹ ਮੰਚ ਕਰ ਲੈਂਦੇ ਹਾਂ, ਕੋਈ ਇੱਦਾਂ ਦਾ ਫੂਡ ਵੀ ਹੋਊਗਾ ਜਿਹੜਾ ਗਰਮੀਆਂ ਦੇ ਵਿੱਚ ਪੌਸ਼ਟਿਕ ਹੋਵੇ ਜਾਂ ਸਹਾਇਕ ਹੋਵੇ ਜੀ? ਸਰ, ਡਰਾਈ ਫਰੂਟ ਤੁਸੀਂ ਇਸ ਚੀਜ਼ ਖਾ ਸਕਦੇ ਹੋ, ਐਸਾ
कुछ भी एनर्जी के लिए तुसी फ्रूट सैलड जिहड़ा भी आपां नूं अवेलेबल या छोटी छोटी जिहड़ी कंज्यूम करन वाली चीज़ां ने आपां कंज्यूम कर सकदे हां। मतलब लाइटर स्नैक्स की बजाय असी कुछ भी जो साडा चॉकलेट बिस्किट कोई भी दिल करे वह चीज़ां असी खा सकते हैं। तो साधना जी एक चीज़ एक चीज़ होर जिहड़ी लोकां दा सवाल आंदा आ कि असी लंच दे विच तुसी कहा कि ब्रेकफास्ट हैवी कर लो, अगे कहा जांदा सी कि जी ब्रेकफास्ट लाइट होना चाहिए आ, लंच बहुत हैवी होना चाहिए, डिनर बिल्कुल लाइट होना चाहिए आ। तो ये जिहड़ा लंच हैगा, लंच दे विच सैलड वगैरह ज़्यादा चाहिए ने सानू या होर की चाहिए आ जी लंच दे विच? सर जो लंच है ना वो प्रॉपर अपना लंच भी प्रॉपर होना चाहिए, जिवें आप कह रहे ब्रेकफास्ट की गल कर रहे, मैं जनरली गल कर रही जो आप लंच करते हैं वो भी मतलब रूटीन के अच्छा होना चाहिए। उसके विच तुसी आप फाइबर कंटेंट ले सकते हो, फाइबर कंटेंट आएगा थोड़ा चपाती के विचों राइस के विचों या कोई भी तुसी रोटी खाने हो, चाहे वह रागी भी है, चाहे ज्वार भी है या बाजरे भी है या कोई भी तुसी मिलट्स चाहे कंज्यूम कर रहे हो, चाहे नॉर्मली तुसी वीट का आटा कर रहे हो या चावल कर रहे हो, वो सारा तुसी उत्थे तो फाइबर कंटेंट आ जाएगा। प्रोटीन कंटेंट जे तुसी नॉन वेजिटेरियन हो तो बहुत घट क्वांटिटी विच नॉन वेज इंक्लूड कर सकते हो या दाल कर सकते हो जे वेजिटेरियन हो। अगर फाइबर जिहड़ा फाइबर कंटेंट है डाइटरी फाइबर है जिहड़ा थोड़ी सब्जी तो विचों आ जाएगा। सैलड तो सैलड जे तुसी कंज्यूम करना चाहते हो विद फूड तो कर सकते हो, बट अगर तुसी अलग तो कर सकते हो जिवें मिड मॉर्निंग दे विच ਮੈਂ ਮਿਡ ਮੀਲ ਕਰ ਲਿਆ ਤੁਸੀਂ ਮਿਡ ਮਾਰਨਿੰਗ ਕਰ ਲਿਆ ਜਾਂ ਈਵਨਿੰਗ ਦੇ ਵਿੱਚ ਕਰ ਲਿਆ ਤਾਂ ਜ਼ਿਆਦਾ ਬੈਟਰ ਹੈ। ਇੱਕ ਬਾਜ਼ਾਰ ਦੇ ਵਿੱਚ ਕਈ ਤਰ੍ਹਾਂ ਦੇ ਨੂਡਲਸ ਅਵੇਲੇਬਲ ਨੇ, ਖਾਸ ਕਰਕੇ ਜਿਨ੍ਹਾਂ 'ਚ ਬਹੁਤ ਤੇਜ਼ ਮਸਾਲੇ ਵੀ ਹੁੰਦੇ ਨੇ, ਉਹ ਸਵਾਦਿਸ਼ਟ ਵੀ ਨੇ, ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਅਟਰੈਕਟ ਕਰਦੇ ਨੇ, ਈਵਨ ਕਿ ਵੱਡੇ ਵੀ ਖਾਂਦੇ ਨੇ ਜੀ ਉਹ। ਅਸੀਂ ਕਿਸੇ ਖਾਸ ਬ੍ਰਾਂਡ ਦਾ ਨਾਮ ਨਹੀਂ ਲਵਾਂਗੇ, ਪਰ ਹੁਣ ਤੱਕ ਕਈ ਤਰ੍ਹਾਂ ਦੇ ਬ੍ਰਾਂਡ ਅਵੇਲੇਬਲ ਨੇ ਜੀ, ਈਵਨ ਜਿਹੜੇ ਭਾਰਤੀ ਸੰਸਕ੍ਰਿਤੀ ਦੇ ਅਸੀਂ ਕਹਿੰਦੇ ਹਾਂ ਕਿ ਰੱਖਿਅਕ ਨੇ ਇਸ ਵੇਲੇ, ਉਹਨਾਂ ਨੇ ਵੀ ਆਪਣੇ ਅੱਡ ਤਰ੍ਹਾਂ ਦੇ ਨੂਡਲਸ ਬਾਜ਼ਾਰ ਦੇ ਵਿੱਚ ਸੁੱਟੇ ਨੇ ਕਿ ਲੋਕ ਇਹਨਾਂ ਨੂੰ ਪਸੰਦ ਕਰਦੇ ਨੇ, ਉਹ ਕਿੰਨੇ ਕੁ ਠੀਕ ਨੇ ਜੀ ਖਾਣੇ? ਹਾਂਜੀ ਸਰ, ਬਹੁਤ ਜ਼ਿਆਦਾ ਨੂਡਲ ਮੈਗੀ ਲਾਈਕ ਇੱਦਾਂ ਦੀਆਂ ਚੀਜ਼ਾਂ ਆਪਣੀ ਇੱਥੇ ਭਾਰਤ ਦੇ ਵਿੱਚ ਅਵੇਲੇਬਲ ਨੇ, ਹੈ ਨਾ, ਆਪਾਂ ਖਾ ਵੀ ਰਹੇ ਹਾਂ ਬਹੁਤ ਜ਼ਿਆਦਾ ਲਾਰਜ ਸਕੇਲ ਦੇ ਉੱਤੇ। ਬਟ ਇਹਨਾਂ ਨੂੰ ਸਰ ਜੇ ਆਪਾਂ ਵੀਕਲੀ ਬੇਸਿਸ ਤੇ ਇੱਕ ਵਾਰ ਖਾ ਰਹੇ ਹਾਂ, ਸ਼ੌਂਕ ਲਈ ਇੱਕ ਵਾਰ ਖਾ ਰਹੇ ਹਾਂ, ਮਹੀਨੇ 'ਚ ਇੱਕ ਵਾਰ ਖਾ ਰਹੇ ਹਾਂ, ਤਾਂ ਵੈਲ ਐਂਡ ਗੁੱਡ ਹੈ, ਖਾਣਾ ਚਾਹੀਦਾ ਬੱਚੇ ਨੂੰ ਹਰ ਚੀਜ਼ ਦੇਣੀ ਚਾਹੀਦੀ ਹੈ, ਕਿਉਂਕਿ ਬੱਚੇ ਜ਼ਿੱਦ ਕਰਦੇ ਨੇ, ਹੈ ਨਾ, ਤੁਹਾਡੇ ਸਾਹਮਣੇ ਨਹੀਂ ਖਾਣਗੇ ਤਾਂ ਆਪਣੇ ਫਰੈਂਡਸ ਨਾਲ ਖਾਣਗੇ, ਤਾਂ ਇਸ ਲਈ ਤੁਸੀਂ ਉਹਨੂੰ ਵੀਕਲੀ ਖਵਾ ਰਹੇ ਹੋ ਜਾਂ ਮੰਥ 'ਚ ਇੱਕ ਵਾਰ ਖਵਾ ਰਹੇ ਹੋ ਤਾਂ ਵੈਲ ਐਂਡ ਗੁੱਡ ਹੈ। ਬਟ ਤੁਸੀਂ ਡੇਲੀ ਰੂਟੀਨ ਦੇ ਵਿੱਚ ਉਹਨੂੰ ਇੱਕ ਮੀਲ ਪ੍ਰੋਪਰ ਮੈਗੀ ਦਾ ਬਣਾ ਕੇ ਦੇ ਰਹੇ ਹੋ ਜਾਂ ਕੋਈ ਵੀ ਨੂਡਲਸ ਦੇ ਰਹੇ ਹਾਂ ਆਪਾਂ ਬੇਸਿਕਲੀ, ਤਾਂ ਉਹ ਗਲਤ ਹੈ, ਤਾਂ ਆਪਾਂ ਉਹਨੂੰ ਉਹ ਨਹੀਂ ਦੇਣਾ ਚਾਹੀਦਾ, ਕਿਉਂਕਿ ਉਹਦੇ ਵਿੱਚ ਪ੍ਰਜ਼ਰਵੇਟਿਵ ਵੀ ਨੇ। ਪ੍ਰਜ਼ਰਵੇਟਿਵ ਦਾ ਵਿੱਚ ਕੀ ਹੁੰਦਾ ਕਿ ਉਹਦੇ ਵਿੱਚ ਆਪਣੇ ਹਾਰਮੋਨ ਨੂੰ ਇਨਬੈਲੈਂਸ ਹੋ ਸਕਦਾ ਜਦੋਂ ਵੀ ਆਪਾਂ ਪ੍ਰਜ਼ਰਵੇਟਿਵ ਲੈਂਦੇ ਹਾਂ, ਕੋਈ ਵੀ ਸੋਡੀਅਮ ਕੰਟੈਂਟ ਇੱਕ ਤਾਂ ਜ਼ਿਆਦਾ, ਜਦੋਂ ਵੀ ਤੁਸੀਂ ਸੋਡੀਅਮ ਹਾਈ ਸੋਡੀਅਮ ਕੰਟੈਂਟ ਤਾਂ ਵੈਸੇ ਹੀ ਆਪਣਾ ਇਲੈਕਟ੍ਰੋਲਾਈਟ ਬੈਲੈਂਸ ਉਹ ਹਿੱਲ ਜਾਂਦਾ, ਸੋਡੀਅਮ ਕੰਟੈਂਟ ਵੱਧ ਜਾਂਦਾ, ਹੈ ਨਾ, ਅਡੀਮਾ ਦੀ ਪ੍ਰੋਬਲਮ ਆ ਜਾਂਦੀ ਹੈ। ਤਾਂ ਉਹਦੇ ਲਈ ਆਪਾਂ ਨੂਡਲ ਨੋਰਮਲੀ ਚਾਹੇ ਬੱਚੇ ਨੇ ਚਾਹੇ ਵੱਡੇ ਨੇ ਕਿਸੇ ਨੂੰ ਵੀ ਨੂਡਲ ਇੰਨੇ ਜ਼ਿਆਦਾ ਨਹੀਂ ਖਾਣੇ ਚਾਹੀਦੇ, ਬੇਸ਼ੱਕ ਸ਼ੌਂਕਿਆ ਤੌਰ 'ਤੇ ਤੁਸੀਂ ਮਹੀਨੇ 'ਚ ਇੱਕ ਵਾਰ ਖਾ ਲਓ, ਕੋਈ ਪ੍ਰੋਬਲਮ ਨਹੀਂ ਹੈ। ਬਟ ਅਗਰ ਹਾਰਮੋਨ ਬੈਲੈਂਸ ਦੀ ਗੱਲ ਕਰੀਏ, ਜਿਸਨੂੰ ਡਾਇਬਟੀਜ਼ ਦੀ ਪ੍ਰੋਬਲਮ ਹੈ, ਥਾਇਰਾਇਡ ਦੀ ਪ੍ਰੋਬਲਮ ਹੈ, PCOD ਹੈ, ਤਾਂ ਉਹਨਾਂ ਨੂੰ ਇਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਅਵੋਇਡ ਕਰਨੀਆਂ ਚਾਹੀਦੀਆਂ ਨੇ, ਕਿਉਂਕਿ ਇਹ ਜੰਕ ਫੂਡ ਦੇ ਵਿੱਚ ਹੀ ਆਉਂਦੀਆਂ ਨੇ। ਜੰਕ ਫੂਡ ਦੇ ਵਿੱਚ ਇੱਕ ਬੜੀ ਪ੍ਰਚਲਿਤ ਡਿਸ਼ ਹੈ ਜੀ, ਮੈਨੂੰ ਪਤਾ ਆ ਕਿ ਨਿਆਣੇ ਜਿਹੜੇ ਆ ਉਹ ਐਂ ਕਰਦੇ ਆ ਕਿ ਜੀ ਅਸੀਂ ਤਾਂ ਅੱਜ ਪੀਜ਼ਾ ਹੀ ਖਾਣਾ ਜੀ, ਅਸੀਂ ਤਾਂ ਡਿਨਰ ਏ ਪੀਜ਼ਾ ਦਾ ਕਰਨਾ ਆ। ਅਤੇ ਉਹਦੇ 'ਚ ਜੇ ਬੰਦੇ ਨੇ ਘਰੇ ਪੀਜ਼ਾ ਬਣਾਉਣਾ ਹੋਵੇ, ਬੱਚਿਆਂ ਨੂੰ ਦੇਣਾ ਹੋਵੇ, ਤਾਂ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਅਤੇ ਬਾਜ਼ਾਰ ਦਾ ਪੀਜ਼ਾ ਜੇ ਉਹਨਾਂ ਨੇ ਖਾਣਾ ਹੈ ਤਾਂ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਜੀ? ਜੀ ਸਰ, ਸਰ ਪੀਜ਼ਾ ਤੁਸੀਂ ਆਪਾਂ ਘਰ ਵੀ ਆਟੇ ਦਾ ਵੀ ਬਣਾ ਸਕਦੇ ਹਾਂ ਬੇਸ, ਕਿਉਂਕਿ ਬੇਸਿਕਲੀ ਉਹਦਾ ਬੇਸ ਹੀ ਹੁੰਦਾ ਨਾ, ਜਿਹੜਾ ਕਿ ਆਪਾਂ ਥੋੜੀਆਂ ਵੈਜੀਜ਼ ਲਗਾ ਰਹੇ ਹਾਂ, ਤਾਂ ਉਹ ਘਰੇ ਬੇਸ ਆਪਾਂ ਬੇਕ ਕਰ ਸਕਦੇ ਹਾਂ। ਮੈਦੇ ਦੀ ਜਗ੍ਹਾ ਤੇ ਆਪਾਂ ਨੋਰਮਲ ਜਿਹੜਾ ਹੋਲ ਆਟਾ, ਆਪਣਾ ਹੋਲ ਆਟਾ ਯੂਜ ਕਰਦੇ ਹਾਂ ਰਿਫਾਈਨ ਫਲੋਰ ਦੀ ਵਜ੍ਹਾ ਤੋਂ, ਆਪਾਂ ਬਜਾਏ ਉਹਦੇ ਰਿਫਾਈਨ ਫਲੋਰ ਲੈਂਦੇ, ਆਪਾਂ ਹੋਲ ਵੀਟ ਫਲੋਰ ਲੈ ਕੇ ਉਹਦਾ ਬੇਸ ਘਰ ਤਿਆਰ ਕਰਕੇ ਵੀ ਪੀਜ਼ਾ ਬਣਾ ਸਕਦੇ ਹਾਂ। ਸਬਜ਼ੀਆਂ ਆਪਣੇ ਬੱਚਿਆਂ ਦੀ ਮਨ ਪਸੰਦ ਦੀਆਂ ਉਹਦੇ ਉੱਤੇ ਲਗਾ ਕੇ, ਚੀਜ਼ ਤਾਂ ਵੀਕਲੀ ਪਾਉਣਾ ਹੀ ਪਏਗਾ, ਕਿਉਂਕਿ ਚੀਜ਼ ਤੋਂ ਬਿਨਾਂ ਪਲੇਸ ਨਹੀਂ ਆਏਗਾ। ਔਰ ਪੀਜ਼ਾ ਕਿਤੇ ਨਾ ਕਿਤੇ ਬੱਚਿਆਂ ਲਈ ਹੈਲਦੀ ਹੈ, ਜੇ ਬੱਚਿਆਂ ਨੂੰ ਆਪਾਂ ਹੈਲਦੀ ਫੂਡ ਖਵਾਉਣਾ ਚਾਹੁੰਦੇ ਹਾਂ ਅਤੇ ਵੈਜੀਜ ਬੱਚੇ ਨਹੀਂ ਖਾਂਦੇ, ਤਾਂ ਆਪਾਂ ਘਰ ਪੀਜ਼ਾ ਬੇਕ ਕਰਕੇ ਆਪਣੇ ਬੱਚਿਆਂ ਨੂੰ ਖਵਾ ਸਕਦੇ ਹਾਂ, ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ, ਕਿਉਂਕਿ ਬੱਚਿਆਂ ਨੂੰ ਤਾਂ ਹਾਈ ਫੈਟ ਕੰਟੈਂਟ ਵੀ ਡਾਈਜੈਸਟ ਹੋ ਜਾਂਦਾ, ਕਿਉਂਕਿ ਉਹਨਾਂ ਨੂੰ ਉਹਨਾਂ ਦਾ ਆਰਡੀ ਉਹਨਾਂ ਦੇ ਅਕੋਰਡਿੰਗ ਹੁੰਦਾ ਹੈ ਜੀ। ਅਤੇ ਸਾਧਨਾ ਜੀ, ਜਦੋਂ ਗਰਮੀ ਦੇ ਫੂਡ ਦੀ ਗੱਲ ਕਰਦੇ ਹਾਂ, ਤਾਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਿਆ ਕਿ ਕਈ ਤਰ੍ਹਾਂ ਦੇ ਫਰੂਟਸ ਵਗੈਰਾ ਅਸੀਂ ਲੈ ਸਕਦੇ ਹਾਂ, ਗਰਮੀਆਂ ਜੂਸਿਸ ਲੈ ਸਕਦੇ ਹਾਂ, ਮੈਨੂੰ ਯਾਦ ਹੈ ਕਈ ਤਰ੍ਹਾਂ ਦੇ ਨਾ ਜੀ ਮੌਕਟੇਲ ਜਿਹੜੇ ਹੈਗੇ ਆ ਜਾਂ ਜਿਹੜੇ ਜੂਸ ਜਿਹੜੇ ਨੇ ਰੰਗ ਬਿਰੰਗੇ, ਕੋਈ ਤਰਬੂਜ ਦਾ ਹੋ ਗਿਆ, ਕੋਈ ਸਕੰਜਵੀ ਹੋ ਗਈ, ਕੋਈ
खरबूजे तो कुछ बन गया जां कोई कीवी तो कुछ शेक बन गया, उदां दीआं चीज़ां उदां दे रंग भी बहुत अट्रैक्ट करदे ने क्योंकि एक तो गर्मी हुंदी है ते उहो जे रंग बड़े अच्छे लगदे ने जदों थोड़ा जिहा बर्फ पा के असीं उहनां चीज़ां नूं पीने आ। ते एक तो जी असीं घरे फ्रूट तो बनाने आ चीज़ां, इह कि दुपहर दा टाइम है लस्सी पी लो जूस पी लो घरे असीं बना लिया। दूजा एक बॉटल्स दे विच तुसीं देखिया होगा कि हलवाइयां दीआं दुकानां ते या बाहर जड़ियाँ ड्रिंक्स दीआं दुकानां ने उन्हां ते ना एक रेडीमेड बॉटल्स पईआं ने स्क्वैश वालीआं, वो फ्लेवर ऐड करते हैं तो उहदे तों उह जूसिस बना के देंदे ने जी। वो उहदे विच की इनग्रीडियंट हुंदा, वो की सेहत लई अच्छे ने या नहीं? हाँ जी सर, जिवें तुसीं गल बेवरेजेस दी जिहड़े अपने मार्केट च अवेलेबल ने बॉटल्स दे विच अवेलेबल ने, बिल्कुल बच्चा भी बहुत अट्रैक्ट करते हैं, बच्चे बहुत करते हैं कि मैं ये चीज़ पीनी है या ये चीज़ पीनी है, खुद को भी अपन भी अच्छे लगते हैं वो चीज़ा। बट हेल्थ न्यूट्रिशन की गल करिए तो उन्होंने न्यूट्रिशन वैल्यूज उन्नियाँ नहीं होंगे जिन्हें कि घर तक चीज़ तैयार कर रहे हैं वो है ना। तो बाकी जो अपने कार्बोनेटेड ब्रिज मार्केट के कि टूथ रोल हो जो अपना नैमल है उतरन के चांसिस ज्यादा रहते हैं, अपने दंदा के उपरों नैमल उतर जाता है ना, अपन तत्ता हिंडा लगना शुरू हो जाता है, अपन सेंसिटिविटी टूथ कहने टूथ सेंसिटिविटी आ जाती है ज्यादा कंजम्पशन करन के नाल। जे आप कदे वीकली बेसिस से कदे पी रहे हैं या कि चले गए हैं अपन बायचांस पीना पै रहा है उत्थे आप पी सकते हैं, बट अपन रेगुलर बेसिस के उत्ते या फिर आप डीहाइड्रेशन हो रही है वो नाम से आप अगर उन्हें कंजम्पशन कर रहे हैं तो वह गलत है जी। होर कोई टिप तुसी दर्शकों नाल सांझा करना चाहते हो या कोई जिंदगी दा एक्सपीरियंस किसे नूं तुसी डाइट प्लान दिता होवे ते उन्हूं बहुत ज़्यादा उस चीज़ का असर होया होवे, कोई उन्हां दी गंभीर बीमारी हटी होवे, वो दर्शकों नाल सांझा करो। ते उस तो बाद असी क्योंकि समा भी उन्नी की इजाजत दिंदा सानूं गलबात करन दी, उस तो बाद असी प्रोग्राम की समाप्ति वल नूं वधदे हां जी। जी सर, सर मैं इस प्रोफेशन दे विच 4 साल तो हाँ, मैं 4 साल तो सर्व कर रही हाँ अपने इंडिया नूं है ना, मैं अपने जिन्हें भी आप बगीचे च उगे हाँ उससे थोड़ा अपन कि आप पूरे दुनिया के पूरी दुनिया नूं तंदुरुस्त नहीं कर सकते, पूरे इंडिया नूं तंदुरुस्त नहीं कर सकते, पर जिस बगीचे च उगे हाँ घट्टो घट्ट उहदे कंडे तां निकाल के जाइए कढ के जाइए बड़ी कोशिश रहिंदी है साडी। ते बाकी मैं हुण तक जिन्हें भी पेशेंट्स ने मेरे को डायबिटीज़ के थायरॉयड के PCOD के बहुत सारे पेशेंट्स आते हैं जिन्होंने कंसीव नहीं होंगे, मेरे को हूँ भी 5-6 क्लाइंट्स हैं जिन्होंने कंसीव किया है, तो वह भी मतलब काफ़ी हैप्पी होंगे ने, काफ़ी खुश होंगे ने, उन्होंने ब्लैसिंग्स देंगे ने। तो सारिया दी दुआवां अज तक पहुंची हैं सर, तो मैं उम्मीद करती हाँ कि तुम हमेशा मैं इदा ही सपोर्ट करोगे तो मेरा हमेशा साथ दोगे ताकि मैं एक दिन भारत को बिल्कुल बीमारी मुक्त कर सकता। साधना जी, एक असी चाहेंगे कि तुम अपना फोन नंबर जरूर प्लीज़ दर्शकों शेयर कर दो इतने, जिस जे किसी ने दर्शक ने सलाह लेनी हो प्रोग्राम देखने तो बाद तो सीधी गलबात कर सकन जी। जी सर, मेरा नंबर है 97-810-11-493। मैं नंबर दोबारा रिपीट कर रही हूँ 97-810-11-493। तुम मैं कॉल कर सकते हो किसी भी प्रॉब्लम लिए छोटी तो वड्डी जदों मर्जी तुम मैं कॉल करके सलाह ले सकते हो जी। सो अज लई बहुत बहुत धन्यवाद साधना जी, जिहड़ी डाइट तुसी दसी है ते डाइट प्लान तुसी इह उहनां लोकां नूं दिंदे हो जिहड़े कि पे भी कर सकते ने और पे करते भी ने, ते इस डाइट प्लान्स दे नाल कई तरह दीआं बीमारियां भी हटदीआं ने। पर साडे दर्शकां नूं आम दर्शकां नूं घरे बैठिआं नूं जिन्हां नूं तुसी इह जानकारी दित्ती है इस डाइट बारे इस फूड बारे, उह भी तुहाडे बहुत ज़्यादा धन्नवादी रहणगे। आशा कि दर्शकों को भी प्रोग्राम पसंद आया होएगा, तो जे तुहानू पसंद आया दोस्तों तो इहनू प्रोग्राम नू अगे जरूर शेयर करियो ताकि लोगों नू सेहतमंद असी बना सकी, अपना पंजाब नरोया नरोग पंजाबी असी बणीए सेहतमंद बणीए, पूरा भारत पूरा विश्व जिथे जिथे कोई पंजाबी वसदा आ जां भारती वसदा आ उहनू इह सुनेहा दईए कि भाई अपनी सेहत का ध्यान रखेगा चंगी डाइट खाएगा तो सेहतमंद रहेगा, उहदे लई प्रोग्राम मैनू लगता एक बहुत सहाई होवेगा। तो तुसीं कृपा करके यूट्यूब कमेंट बॉक्स दे विच किसे तरह का भी सवाल होवे तुसीं साधना जी नूं पुछना होवे जां उहनां दा फोन नंबर जिहड़ा उन्होंने बोलिया हैगा उहदे ते तुसीं संपर्क कर सकते हो, तो अपने सवाल कमेंट बॉक्स दे विच पायो, अपने सुझाव भी जरूर पायो कि होर प्रोग्राम तुसीं किस विषय ते देखने चाहते हो। अज लई बहुत बहुत धन्यवाद जी।